ਕਹਿੰਦਾ ਕੈਰਮ ਬੋਰਡ ਖੇਡਦੇ ਇੰਕੇ ਮਰਦ ਖੇਡਦਾ ਖਤਰਿਆਂ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਯੋਗੇਸ਼ ਗੁਰਨਾ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ। ਇਹ ਗਾਣਾ ਆਪਾਂ ਤੁਹਾਨੂੰ ਇਸ ਕਰਕੇ ਸੁਣਾਇਆ ਜੀ ਕਿਉਂਕਿ ਜਿਸ ਮੇਰੇ ਬਾਈ ਨੇ, ਵੈਸੇ ਤਾਂ ਗਾਣਾ ਸ਼ੈਰੀ ਮਾਨ ਦਾ, ਇਹ ਗਾਣੇ ਨੂੰ ਡਾਇਰੈਕਟ ਕੀਤਾ ਸੀ ਜੀ ਪੰਕਜ ਵਰਮਾ ਨੇ, ਅਤੇ ਇਹ ਪੰਕਜ ਵਰਮਾ ਹੁਣ ਫਿਲਮ ਲੈ ਕੇ ਆ ਰਹੇ ਨੇ ਜੀ, ਅਤੇ ਇਹ ਫਿਲਮ ਲੈ ਕੇ ਆ ਰਹੇ ਨੇ ਜੀ ਸਤਿੰਦਰ ਸਰਤਾਜ ਦੇ ਨਾਲ। ਕਿਆ ਬਾਤ ਹੈ ਜੀ, ਇਹ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ ਜੀ, ਅਤੇ ਫਿਲਮ ਦਾ ਨਾਂ ਹੈ ਜਨਾਬ ਅਨਪੜ੍ਹ ਅੱਖੀਆਂ। ਅੱਖੀਆਂ ਵੀ ਅਨਪੜ੍ਹ ਹੁੰਦੀਆਂ ਨੇ ਜੀ, ਖੈਰ ਚਲੋ ਹੁਣ ਦੇਖਦੇ ਹਾਂ ਵੀ ਕਿਸ ਤਰ੍ਹਾਂ ਦੀਆਂ ਅੱਖੀਆਂ ਸਤਿੰਦਰ ਸਰਤਾਜ ਲੈ ਕੇ ਆਉਂਦੇ ਨੇ, ਕਿਉਂਕਿ ਇਹ ਅੱਖਾਂ ਪੜ੍ਹੀਆਂ ਲਿਖੀਆਂ ਨਹੀਂ। ਵੈਸੇ ਉਹ ਆਪ ਤਾਂ ਬਹੁਤ ਪੜ੍ਹੇ ਲਿਖੇ ਨੇ, ਪਰ ਉਹਨਾਂ ਦੀਆਂ ਇਹ ਅਨਪੜ੍ਹ ਅੱਖੀਆਂ ਹੁਣ ਘੱਟੇ ਪੜ੍ਹੀਆਂ ਲਿਖੀਆਂ ਲੱਗਦੀਆਂ ਨੇ ਸਾਨੂੰ ਫਿਲਹਾਲ ਤਾਂ, ਬਾਕੀ ਫਿਲਮ ਦੇਖ ਕੇ ਪਤਾ ਲੱਗੂ। ਅਤੇ ਉਹਨਾਂ ਦੇ ਨਾਲ ਲੀਡ ਦੇ ਵਿੱਚ ਨਜ਼ਰ ਆਉਣਗੇ ਜੀ ਅਦਿਤੀ ਸ਼ਰਮਾ, ਜਿਨ੍ਹਾਂ ਨੂੰ ਆਪਾਂ ਅੰਗਰੇਜ਼ ਮੂਵੀ ਅਤੇ ਹੁਣੇ ਰੀਸੈਂਟਲੀ ਲਾਟੂ ਦੇ ਵਿੱਚ ਦੇਖ ਚੁੱਕੇ ਹਾਂ ਜੀ। ਸੋ ਲਾਟੂ ਮੂਵੀ ਦੇ ਵਿੱਚ ਅਦਿਤੀ ਸ਼ਰਮਾ ਨਜ਼ਰ ਆਏ ਸੀ, ਅਤੇ ਹੁਣ ਉਹਨਾਂ ਦੀ ਤੀਜੀ ਪੰਜਾਬੀ ਫਿਲਮ ਹੈ ਜੀ ਅਨਪੜ੍ਹ ਅੱਖੀਆਂ ਸਤਿੰਦਰ ਸਰਤਾਜ ਦੇ ਨਾਲ। ਸੋ ਸਤਿੰਦਰ ਸਰਤਾਜ ਸਾਹਿਬ ਦੇ ਫੈਨਸ ਦੇ ਲਈ ਖੁਸ਼ਖਬਰੀ ਹੈ ਕਿਉਂਕਿ ਪੰਜਾਬੀ ਇੰਡਸਟਰੀ 'ਚ ਉਹਨਾਂ ਦਾ ਡੈਬਿਊ ਹੋਣ ਜਾ ਰਿਹਾ ਜੀ, ਕਿਉਂਕਿ ਉਹਨਾਂ ਦੀ ਪਹਿਲੀ ਫਿਲਮ ਤਾਂ ਹਾਲੀਵੁੱਡ ਤੋਂ ਆਈ ਸੀ ਜੀ, ਅਤੇ ਹਾਲੀਵੁੱਡ ਡੈਬਿਊ ਸੀ ਸਰਦਾਰ ਸਾਹਿਬ ਦਾ, ਅਤੇ ਹੁਣ ਉਹ ਪੰਜਾਬ ਦੇ ਵਿੱਚ ਬਾਲੀਵੁੱਡ ਇੰਡਸਟਰੀ ਦੇ ਵਿੱਚ ਉਹਨਾਂ ਨੇ ਡੈਬਿਊ ਕੀਤਾ ਜੀ। ਇਸ ਫਿਲਮ ਦਾ ਸ਼ੂਟ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਜੀ, ਅਤੇ ਦੇਖਦੇ ਹਾਂ ਹੁਣ ਕਿੰਨੀ ਜਲਦੀ ਇਹ ਫਿਲਮ ਫਲੋਰ 'ਤੇ ਆਉਂਦੀ ਆ, ਅਤੇ ਸਰਤਾਜ ਦੇ ਦੀਵਾਨਿਆਂ ਨੂੰ ਬੇਸਬਰੀ ਨਾਲ ਫਿਲਮ ਦਾ ਇੰਤਜ਼ਾਰ ਹੈ ਜੀ, ਅਤੇ ਮੈਨੂੰ ਵੀ ਇੰਤਜ਼ਾਰ ਹੈ, ਪੰਜਾਬੀ ਟੇਸ਼ਨ ਨੂੰ ਵੀ ਇੰਤਜ਼ਾਰ ਹੈ ਕਿ ਦੇਖਦੇ ਹਾਂ ਕਿ ਇਹ ਸਾਡਾ ਆਪਣਾ ਸਰਦਾਰ ਹੁਣ ਸਾਡੀ ਆਪਣੀ ਇੰਡਸਟਰੀ 'ਚ ਕਿੰਨੀ ਕੁ ਵੱਡੀ ਹਿੱਟ ਫਿਲਮ ਦਿੰਦਾ ਹੈ। ਲਓ ਜੀ, ਫਿਰ ਖੁਸ਼ਖਬਰੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਲਈ ਹੈ, ਅਤੇ ਹੁਣ ਸਰਤਾਜ ਸਾਹਿਬ ਦੇ ਤਰੀਕੇ 'ਚ ਹੀ ਆਪਾਂ ਕਹਿ ਲਓ ਕਿ ਐਂਡਿੰਗ ਕਰਾਂਗੇ ਕਿ ਸਾਈਂ ਸਾਈਂ ਵੇ ਫਿਲਮ ਨੂੰ ਹਿੱਟ ਤੂੰ ਕਰਾਈ, ਸਾਈਂ ਵੇ ਛੇਤੀ ਛੇਤੀ ਫਿਲਮ ਲੈ ਕੇ ਆਈ, ਸਾਈਂ ਵੇ ਸਾਨੂੰ ਸਾਰਿਆਂ ਨੂੰ ਤੂੰ ਦਿਖਾਈ। ਸੋ ਇਹ ਸੀ ਅਪਡੇਟ ਤੁਹਾਡੇ ਲਈ ਜਨਾਬ, ਫਟਾਫਟ ਹੁਣ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦੱਬ ਦਿਓ ਤਾਂ ਕਿ ਇੱਦਾਂ ਦੀਆਂ ਗਰਮਾ ਗਰਮ ਅਤੇ ਜ਼ਬਰਦਸਤ ਨਿਊਜ਼ਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ, ਅਤੇ ਫੇਸਬੁੱਕ 'ਤੇ ਪੰਜਾਬੀ ਟੇਸ਼ਨ ਦਾ ਪੇਜ ਜਨਾਬ ਜ਼ਰੂਰ ਲਾਈਕ ਅਤੇ ਸ਼ੇਅਰ ਕਰਿਓ ਜੀ, ਤਾਂ ਜੋ ਸਭ ਤੋਂ ਪਹਿਲਾਂ ਖਬਰ ਤੁਹਾਡੇ ਲਵੇ ਹੋਵੇ, ਅਤੇ ਤੁਸੀਂ ਵੀ ਦੋਸਤਾਂ 'ਚ ਕਹਿ ਸਕੋ ਬਾਈ ਜੀ ਸਾਨੂੰ ਤਾਂ ਸਭ ਤੋਂ ਪਹਿਲਾਂ ਪਤਾ ਲੱਗ ਜਾਂਦੀ ਹੈ। ਸੋ ਲਓ ਜੀ, ਫਿਲਹਾਲ ਇੰਨਾ ਹੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।